ਤੇ ਹੁਣ ਖਾਲਸਾ ਹੋ ਗਿਆ ਹਜ਼ਾਰਾਂ ਦੀ ਗਿਣਤੀ ਵਿਚ, ਇੰਨੀ ਫੌਜ ਖਾਲਸੇ ਦੀ ਹੋ ਗਈ, ਇੰਨੇ ਘੋੜੇ ਹੋ ਗਏ ਵੀ ਇੱਕ ਥਾਂ ਤੇ ਇੰਨਾ ਲੰਗਰ ਪਕਾਉਣਾ, ਇੰਨਾ ਰਾਸ਼ਨ ਪਾਣੀ ਇਕੱਠਾ ਕਰਨਾ ਉਹ ਬੜਾ ਔਖਾ ਹੈ। 70,000 ਗਿਣਤੀ ਦੱਸੀ ਹੈ ਉਸ ਵੇਲੇ ਖਾਲਸੇ ਦੀ ਇਤਿਹਾਸਕਾਰਾਂ ਨੇ। ਇੰਨੀ ਫੌਜ ਨੂੰ ਪ੍ਰਸ਼ਾਦਾ ਬਣਾ ਕੇ ਛਕਾਉਣਾ ਕੋਈ ਮਹਿਨੇ ਰੱਖਦਾ, ਐਡੀ ਫੌਜ ਦਾ ਕਿੱਥੋਂ ਬੰਦੋਬਸਤ ਕਰੀਏ। ਹੁਣ ਇੰਨਾ ਕੋਈ ਖਾਲਸਾ ਜੀ ਤਰੀਕਾ ਬਣਾਈਏ, ਜੁਗਤੀ ਬਣਾਈਏ ਜਿਹਦੇ ਨਾਲ ਆਪਣਾ ਸਾਰਿਆਂ ਦਾ ਵਧੀਆ ਪ੍ਰਬੰਧ ਚੱਲ ਸਕੇ। ਆਪਾਂ ਸਿੰਘਾਂ ਦੇ ਜਥੇ ਬਣਾ ਦਈਏ, ਜਥੇਦਾਰਾਂ ਦੇ ਪ੍ਰਬੰਧ ਵਿਚ 10-10 5